ਦੇਸ਼ ਧਰੋਹ ਦੇ ਮਾਮਲੇ ਵਿੱਚ 2 ਦਿਨ ਪਹਿਲਾਂ ਹੀ ਲੁਧਿਆਣਾ ਦੀ ਜੇਲ੍ਹ ਤੋਂ ਜ਼ਮਾਨਤ ਤੇ ਰਿਹਾ ਹੋ ਕੇ ਬਾਹਰ ਆਏ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਅਤੇ ਸਰਬੱਤ ਖਾਲਸਾ ਦੇ ਪ੍ਰਬੰਧਕ ਭਾਈ ਮੋਕਮ ਸਿੰਘ ਨੂੰ ਪੁਲਿਸ ਨੇ ਮੁੜ ਗ੍ਰਿਫਤਾਰ ਕਰ ਲਿਆ ਹੈ। ਤਰਨ ਤਾਰਨ ਦੀ ਪੱਟੀ ਪੁਲਿਸ ਨੇ ਭਾਈ ਮੋਕਮ ਸਿੰਘ ਨੂੰ ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀ ਤੋਂ ਗ੍ਰਿਫਤਾਰ ਕੀਤਾ ਹੈ। ਹੁਣ ਮੋਕਮ ਸਿੰਘ ਨੂੰ ਤਰਨ ਤਾਰਨ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਮੋਕਮ ਸਿੰਘ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਮੰਗ ਕਰ ਚੁੱਕੇ ਹਨ ਕਿ ਪੰਜਾਬ ਸਰਕਾਰ ਉਹਨਾਂ ਖਿਲਾਫ ਦਰਜ ਕੀਤੇ ਸਾਰੇ ਮਾਮਲਿਆਂ ਦੀ ਜਾਣਕਾਰੀ ਦੇਵੇ ਤਾਂ ਕਿ ਉਹ ਸਾਰੇ ਮਾਮਲਿਆਂ ਵਿੱਚ ਜ਼ਮਾਨਤ ਲੈ ਸਕਣ। ਉਹਨਾਂ ਕਿਹਾ ਕਿ ਪੁਲਿਸ ਸਰਕਾਰ ਦੇ ਇਸ਼ਾਰੇ 'ਤੇ ਉਹਨਾਂ ਨੂੰ ਲਗਾਤਾਰ ਵੱਖ ਵੱਖ ਮਾਮਲਿਆਂ 'ਚ ਗ੍ਰਿਫਤਾਰ ਕਰਕੇ ਉਲਝਾ ਰਹੀ ਹੈ। ਮੈਂ ਦੁੱਖ ਪ੍ਰਗਟ ਕਰਦਾ ਕਿ ਸਾਡੇ ਮਨੁੱਖੀ ਅਧਿਕਾਰ ਜਿਹੜੇ ਉਹ ਕੁਚਲੇ ਜਾ ਰਹੇ ਆ ਅਤੇ ਪੰਜਾਬ ਸਰਕਾਰ ਨੂੰ ਮੈਂ ਰਿਕੁਐਸਟ ਕਰਦਾ ਕਿ ਤੁਹਾਨੂੰ ਕੋਈ ਗਲਤ ਰਸਤੇ ਪਾ ਰਿਹਾ ਬਚ ਜਾਓ। ਇਹ ਤੁਹਾਨੂੰ ਕਹਿੰਦੇ ਇੱਕ ਕਵਲੀ ਅਤੇ ਇੱਕ ਸਿਵਿਆਂ ਦੇ ਰਾਹ, ਇਹ ਸਿਵਿਆਂ ਦੇ ਰਾਹ ਤੋਰ ਰਹੇ ਆ, ਇਸ ਤੋਂ ਬਚੋ। ਨਹੀਂ ਜਿਹੜਾ ਕਹਿ ਰਹੇ ਹਰਕੇ ਹੈਡ ਦਾ ਧਰਨਾ ਸੀ ਉਸ ਕੇਸ 'ਚ ਤੁਹਾਨੂੰ ਗ੍ਰਿਫਤਾਰ ਕੀਤਾ? ਮੈਂ ਉੱਥੇ ਕੋਈ ਨਹੀਂ ਗਿਆ, ਨਾ ਮੈਂ ਉੱਥੇ ਹੈਗਾ ਸੀ। ਐਡਵੋਕੇਟ ਜਸਬੀਰ ਸਿੰਘ ਜੰਮੂ। ਕਿਹੜੇ ਕੇਸ 'ਚ? ਇਹ ਜੀ ਹਰੀਕੇ ਜਿਹੜੇ ਸੰਗਤਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਦੇ ਵਿਰੋਧ ਵਿੱਚ ਜਦੋਂ ਸੰਗਤਾਂ ਨੇ ਉੱਥੇ ਜਾਮ ਲਾਇਆ ਹੈ ਅਤੇ ਉਹਦੇ ਵਿੱਚ ਇਹਨਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ, ਕਿਉਂਕਿ ਇਹਨਾਂ ਨੇ ਮਾਣਯੋਗ ਹਾਈਕੋਰਟ ਵਿੱਚ ਰਿੱਟ ਪਾਈ ਸੀ ਇੱਕ ਕਿ ਮੈਨੂੰ ਦੱਸਿਆ ਜਾਵੇ ਕਿ ਮੇਰੇ ਉੱਤੇ ਕਿੰਨੇ ਕੁ ਕੇਸ ਨੇ। ਇਸ ਰਿੱਟ ਤੋਂ ਇਹ ਖੜਬੜਾਹਟ ਦੇ ਵਿੱਚ ਆਣ ਕੇ ਉਹਦੇ ਵਿੱਚ ਇਹ ਜਿਹੜਾ ਵਾ ਇਹ ਝੂਠੇ ਕੇਸਾਂ 'ਚ ਇਹਨੂੰ ਫਸਾਇਆ ਜਾ ਰਿਹਾ, ਜਦੋਂ ਕਿ ਹਰੀਕੇ ਵਾਲੇ ਜਾਂ ਹੋਰ ਕਿਸੇ ਵੀ ਜਾਮ ਦੇ ਰਾਹ ਜਾਂ ਰਸਤਾ ਰੋਕਣ ਨਾਲ ਇਹਦਾ ਕੋਈ ਸੰਬੰਧ ਨਹੀਂ ਗਾ, ਕਿਉਂਕਿ ਇਹਨਾਂ ਨੂੰ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਹੁਣ ਜਿਹੜੀ ਕਿ ਸਰਬੱਤ ਖਾਲਸੇ ਵਾਲੇ ਕੇਸਾਂ 'ਚੋਂ ਜਾਂ ਦੂਸਰੇ ਜਿਹੜੇ ਝੂਠੇ ਕੇਸ ਪਾਏ ਆ ਉਹਦੇ ਵਿੱਚ ਜ਼ਮਾਨਤਾਂ ਮਿਲ ਚੁੱਕੀਆਂ। ਅੰਮ੍ਰਿਤਸਰ ਤੋਂ ਨਰੇਸ਼ ਗਿੱਲ ਦੀ ਰਿਪੋਰਟ, 5 ਆਪ ਟੂਡੇ।